ਉਹ ਜਿਹੜੇ ਨੇ ਉਹ ਬੰਦੇ ਸ਼ਰਾਰਤੀ ਅਨਸਰ ਸੀ ਜਿਹੜੇ ਬੀਜੇਪੀ ਦੇ ਸ਼ਿੰਗਾਰੇ ਹੋਏ ਦੀਪ ਸਿੱਧੂ ਵਰਗੇ ਉਹ ਚਿਰਾਂ ਤੋਂ ਇਸ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਸੀ ਕਦੇ ਵੀ ਉਹ ਅੰਦੋਲਨ ਦਾ ਹਿੱਸਾ ਨਹੀਂ ਰਹੇ ਸਰਕਾਰ ਨੇ ਆਗੂਆਂ ਦੇ ਝੂਠੇ ਪਰਚੇ ਪਾਏ ਹੈ ਹੋਰ ਪਰਚੇ ਪਾਉਣ ਦੀ ਸਕੀਮ ਬਣਾ ਰਹੀ ਹੈ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਲੋਕ ਮੁੜ ਰਹੇ ਨੇ ਲੋਕ ਇਹ ਅੰਦੋਲਨ ਦੇ ਵਿੱਚੋਂ ਉਹਨਾਂ ਨੂੰ ਨਿਰਾਸ਼ਤਾ ਪੈ ਗਈ ਇਹੀ ਜੀ ਕੋਈ ਗੱਲ ਨਹੀਂ ਹੈ ਵੀ ਮਾਰਚ ਕਰਕੇ ਭਾਈ ਆਪਣੇ ਘਰਾਂ ਨੂੰ ਪਰਤਿਓ ਘਰਾਂ ਦਾ ਮਤਲਬ ਇਹ ਨਹੀਂ ਵੀ ਤੁਸੀਂ ਪਿੰਡ 'ਚ ਪੰਜਾਬ 'ਚ ਜਾ ਵੜੋ ਦਿੱਲੀ ਦੇ ਲਾਲ ਕਿਲੇ ਤੇ ਵਾਪਰੀ ਘਟਨਾ ਨੂੰ ਲੈ ਕੇ ਕਿਸਾਨ ਆਗੂ ਲਗਾਤਾਰ ਦੀਪ ਸਿੱਧੂ ਨੂੰ ਦੋਸ਼ੀ ਠਹਿਰਾ ਰਹੇ ਨੇ ਉਹਨਾਂ ਵੱਲੋਂ ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਹੈ ਕਿ ਭਾਜਪਾ ਦਾ ਏਜੰਟ ਦੀਪ ਸਿੱਧੂ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਸਰਕਾਰ ਵੱਲੋਂ ਆਪਣੇ ਬੰਦੇ ਛੱਡ ਕੇ ਲਾਲ ਕਿਲੇ ਤੇ ਕਾਰਵਾਈ ਕਰਵਾਈ ਗਈ ਹੈ ਤੇ ਦੀਪ ਸਿੱਧੂ ਕਦੇ ਵੀ ਕਿਸਾਨੀ ਅੰਦੋਲਨ ਦਾ ਹਿੱਸਾ ਨਹੀਂ ਸੀ 26 ਜਨਵਰੀ ਵਾਲੇ ਦਿਨ ਇੱਕ ਪਾਸੇ ਮੋਦੀ ਸਰਕਾਰ ਨੇ ਵੱਖ ਵੱਖ ਕਿਸਮ ਦੀਆਂ ਝਲਕੀਆਂ ਕੱਢ ਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸਰਦਾਰੀ ਕਾਇਮ ਕਰਕੇ ਉਹਨਾਂ ਨੂੰ ਉਚਾਇਆ ਜਾ ਰਿਹਾ ਹੈ ਉਹਨਾਂ ਦੀ ਨਾਲ ਵਫਾਦਾਰੀ ਕਮਾਈ ਜਾ ਰਹੀ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ ਇੱਕ ਵੱਡਾ ਰੋਸ ਪ੍ਰੋਟੈਸਟ ਕਰਕੇ ਉਹਨਾਂ ਦੇ ਖਿਲਾਫ਼ ਇੱਕ ਸਾਜਿਸ਼ ਭਰੇ ਢੰਗ ਨਾਲ ਆਪਣੇ ਹੀ ਸ਼ਿੰਗਾਰੇ ਹੋਏ ਬੰਦਿਆਂ ਰਾਹੀਂ ਇਸ ਲਹਿਰ ਨੂੰ ਫੇਲ ਕਰਨ ਦੀ ਖਾਤਰ ਲਾਲ ਕਿਲੇ ਦੇ ਉੱਤੇ ਇਹ ਕਾਰਵਾਈ ਨਿੰਦਣਯੋਗ ਕਾਰਵਾਈ ਜਿਹੜੀ ਕਰਵਾਈ ਹੈ ਇਹ ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਕਰਵਾਈ ਹੈ ਇਸ ਅੰਦੋਲਨ ਦੇ ਵਿੱਚ ਉਹਨਾਂ ਦੀ ਘੁਸਪੈਠ ਬਹੁਤ ਚਿਰ ਤੋਂ ਹੋ ਰਹੀ ਸੀ ਉਹ ਜਿਹੜੇ ਨੇ ਉਹ ਬੰਦੇ ਸ਼ਰਾਰਤੀ ਅਨਸਰ ਸੀ ਜਿਹੜੇ ਬੀਜੇਪੀ ਦੇ ਸ਼ਿੰਗਾਰੇ ਹੋਏ ਦੀਪ ਸਿੱਧੂ ਵਰਗੇ ਉਹ ਚਿਰਾਂ ਤੋਂ ਇਸ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਸੀ ਕਦੇ ਵੀ ਉਹ ਅੰਦੋਲਨ ਦਾ ਹਿੱਸਾ ਨਹੀਂ ਰਹੇ ਅਤੇ ਉਹਨਾਂ 'ਤੇ ਉਹਨਾਂ ਨੂੰ ਨਖੇੜਨ 'ਚ ਅਤੇ ਉਹਨਾਂ 'ਚੋਂ ਖਦੇੜਨ ਦੇ ਵਿੱਚ ਸਾਡੀ ਕਿਸਾਨ ਰਹਿਤ ਲੇਟ ਹੋਈ ਹੈ ਇਸ ਕਰਕੇ ਸਾਨੂੰ ਉਹਨਾਂ ਦੀ ਦਾਖਲ ਅੰਦਾਜ਼ੀ ਨੂੰ ਦੀ ਲੇਟ ਹੋਣ ਕਰਕੇ ਸਾਨੂੰ ਲਹਿਰ ਨੂੰ ਕੁਛ ਨਾ ਕੁਛ ਨੁਕਸਾਨ ਝੱਲਣਾ ਪਿਆ ਆਹ ਕਿਸਾਨਾਂ ਦੇ ਇਹ ਬਹਾਨਾ ਬਣਾ ਕੇ 200 ਕਿਸਾਨ ਥਾਣਿਆਂ 'ਚ ਬੰਦ ਨੇ ਟਰੈਕਟਰਾਂ ਦਾ ਨਹੀਂ ਪਤਾ ਲੱਗ ਰਿਹਾ ਬੰਦਿਆਂ ਦਾ ਨਹੀਂ ਪਤਾ ਲੱਗ ਰਿਹਾ ਅਤੇ ਸਰਕਾਰ ਨੇ ਆਗੂਆਂ 'ਤੇ ਝੂਠੇ ਪਰਚੇ ਪਾਏ ਹੈ ਹੋਰ ਪਰਚੇ ਪਾਉਣ ਦੀ ਸਕੀਮ ਬਣਾ ਰਹੀ ਹੈ ਇਹ ਮਨਸੂਬਿਆਂ ਦੇ ਵਿੱਚ ਉਹਨੂੰ ਫੇਲ ਕਰਨ ਦੀ ਖਾਤਰ ਸਾਡੇ ਸੰਘਰਸ਼ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ ਇਹਨੂੰ ਧਰਮ ਨਿਰਪੱਖ ਰੱਖਣ ਦੀ ਲੋੜ ਹੈ ਇਹਨੂੰ ਜਾਤਾਂ ਪਾਤਾਂ ਤੋਂ ਸਿਰਫ ਕਿੱਤੇ ਦਾ ਘੋਲ ਬਣਾ ਕੇ ਲੜਨ ਦੀ ਲੋੜ ਹੈ ਅਤੇ ਇਹਦੇ ਖਾਤਰ ਸਾਰੇ ਹਿੰਦੁਸਤਾਨ ਦੀਆਂ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਖਾਤਰ ਇਸ ਸੰਘਰਸ਼ ਨੂੰ ਤਿੱਖਾ ਕਰਨ ਦੀ ਲੋੜ ਹੈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਾਣ ਬੁੱਝ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਮੋਰਚੇ 'ਚ ਡਟੇ ਲੋਕ ਘਰਾਂ ਨੂੰ ਵਾਪਸ ਜਾ ਰਹੇ ਨੇ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਅਜਿਹੀ ਕੋਈ ਵੀ ਗੱਲ ਨਹੀਂ ਹੈ ਤੇ ਮੋਰਚਾ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਲੋਕ ਮੁੜ ਰਹੇ ਨੇ ਲੋਕ ਇਹ ਅੰਦੋਲਨ ਦੇ ਵਿੱਚੋਂ ਉਹਨਾਂ ਨੂੰ ਨਿਰਾਸ਼ਤਾ ਪੈ ਗਈ ਇਹੀ ਜੀ ਕੋਈ ਗੱਲ ਨਹੀਂ ਹੈ ਜਿਹੜੇ 26 ਤਰੀਕ ਵਾਸਤੇ ਟਰੈਕਟਰ ਆਏ ਸੀ ਉਹ 26 ਨੂੰ ਆਉਣਾ ਸੀ ਅਤੇ 27 ਨੂੰ ਉਹਨਾਂ ਨੇ ਮੁੜਨਾ ਸੀ ਉਹ 27 ਨੂੰ ਵੀ ਮੁੜੇ ਨੇ ਉਹ ਅੱਜ ਵੀ ਮੁੜ ਰਹੇ ਨੇ ਉਹ ਕੱਲ੍ਹ ਵੀ ਮੁੜੇ ਨੇ ਇਸ ਕਰਕੇ ਉਹਨਾਂ ਨੂੰ ਮੁੜਨ ਦਾ ਉਹ ਆਈ ਮੁੜਨ ਦੀ ਖਾਤਰ ਸੀ ਜਿਹੜਾ ਪੱਕਾ ਹਿੱਸਾ ਬੈਠਾ ਉਹਨਾਂ 'ਚੋਂ ਅਦਲਾ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਘੋਲ ਸਥਾਪਿਤ ਹੈ ਘੋਲ ਲੜ ਰਹੇ ਹਾਂ ਅਸੀਂ ਨਿਰਾਸ਼ ਹੋਣ ਦੀ ਲੋੜ ਨਹੀਂ ਸਰਕਾਰ ਦਾ ਅਟੈਕ ਹੈ ਅਟੈਕ ਦਾ ਜਵਾਬ ਦੇਵਾਂਗੇ ਸਰਕਾਰ ਨੇ ਪਰਚੇ ਪਾਏ ਨੇ ਹੋਰ ਪਰਚੇ ਪਾ ਸਕਦੀ ਹੈ ਇਹ ਉਹਨਾਂ ਦਾ ਇੱਕ ਹਮਲਾ ਹੈ ਇਸ ਹਮਲੇ ਦਾ ਜਵਾਬ ਦੇਣ ਦੀ ਲੋੜ ਹੈ ਇਸ ਕਰਕੇ ਠਰੰਮੇ ਨਾਲ ਖੜੋ ਲੜਾਂਗੇ ਜਿੱਤਾਂਗੇ ਇੱਕ ਵੀਡੀਓ ਦੇ ਵਿੱਚ ਇੱਕ ਮੈਂ ਕਿਹਾ ਸੀ ਵੀ 26 ਵਾਲੇ ਦਿਨ ਵੀ ਮਾਰਚ ਕਰਕੇ ਭਾਈ ਆਪਣੇ ਘਰਾਂ ਨੂੰ ਪਰਤਿਓ
ਘਰਾਂ ਦਾ ਮਤਲਬ ਇਹ ਨਹੀਂ ਵੀ ਤੁਸੀਂ ਪਿੰਡ 'ਚ ਪੰਜਾਬ 'ਚ ਜਾ ਵੜੋ, ਘਰਾਂ ਦਾ ਮਤਲਬ ਇਹ ਵੀ ਜਿਹੜੇ ਆਪਣੇ ਟਿਕਾਣੇ ਨੇ ਅੱਡੇ ਨੇ ਇਹਨਾਂ ਅੱਡਿਆਂ 'ਤੇ ਆ ਜਾਓ, ਇਹਨਾਂ ਅੱਡਿਆਂ 'ਤੇ ਰਹਿਣਾ। ਕੋਈ ਵੀ ਬੰਦਾ ਇਹ ਸਾਡੇ ਜਿਹੜੇ ਅੰਦੋਲਨਕਾਰੀ ਕਿਸਾਨ ਨੇ ਉਹ ਸਾਡੀ ਗੱਲ ਸਮਝ ਗਏ ਸੀ ਵੀ ਪ੍ਰਧਾਨ ਜੀ ਨੇ ਆਹ ਸੱਦਾ ਦਿੱਤਾ। ਇਹ ਕਿਸੇ ਨੂੰ ਸ਼ਾਇਦ ਗਲਤ ਫਹਿਮੀ ਪੈ ਗਈ, ਉਹਨਾਂ ਨੂੰ ਘਰਾਂ ਜਾਣ ਨੂੰ ਨਾ ਕਿਹਾ ਅਤੇ ਨਾ ਹੀ ਕੋਈ ਗਿਆ, ਨਾ ਹੀ ਕਿਸੇ ਨੇ ਜਾਣਾ, ਜਿੰਨਾ ਚਿਰ ਇਹ ਅੰਦੋਲਨ ਖਤਮ ਨਹੀਂ ਹੁੰਦਾ ਜਿੰਨਾ ਚਿਰ ਇਹਨੂੰ ਜਿੱਤਦੇ ਨੇ। ਦੱਸ ਦੇ ਕਿ ਨਵੀਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੋਸ ਮਾਰਚ ਕੀਤਾ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲੇ 'ਤੇ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ, ਜਿਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਹੁਣ ਤੱਕ 37 ਕਿਸਾਨ ਆਗੂਆਂ 'ਤੇ FIR ਦਰਜ ਵੀ ਕੀਤੀ ਗਈ ਹੈ। ਪਰ ਉੱਥੇ ਹੀ ਕਿਸਾਨ ਆਗੂ ਇਸ ਅੰਦੋਲਨ 'ਚ ਲਗਾਤਾਰ ਡਟੇ ਰਹਿਣ ਦਾ ਦਾਅਵਾ ਕਰ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।